ਗੁਰੂ ਨਗਰੀ ਅੰਮ੍ਰਿਤਸਰ ਵਿੱਚ 15 ਜਨਵਰੀ ਤੋਂ ਲੁਧਿਆਣਾ ਅਤੇ ਜਲੰਧਰ ਦੀ ਤਰਜ਼ ਤੇ ਸਿਟੀ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਕੱਲ ਸਿਟੀ ਬੱਸ ਸੇਵਾ ਦੇ ਟ੍ਰਾਇਲ ਦੇ ਸਮੇਂ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਮੇਜਰ ਬਖਸ਼ੀ ਰਾਮ ਅਰੋੜਾ ਸਮੇਤ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ। 46 ਕਰੋੜ ਦੇ ਪ੍ਰੋਜੈਕਟ ਤਹਿਤ ਅੰਮ੍ਰਿਤਸਰ ਸ਼ਹਿਰ 'ਚ 150 ਸਿਟੀ ਬੱਸਾਂ ਚਲਾਈਆਂ ਜਾਣਗੀਆਂ, ਜਿਸ ਦੇ ਪਹਿਲੇ ਪੜਾਅ 'ਚ 40 ਬੱਸਾਂ ਚੱਲਣਗੀਆਂ। ਇਸ ਦੀ ਸ਼ੁਰੂਆਤ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ। ਅੰਮ੍ਰਿਤਸਰ ਦੀ ਜਨਤਾ ਨਾਲ ਜਿਹੜਾ ਨਗਰ ਨਿਗਮ ਨੇ ਬੱਸ ਸਿਟੀ ਬੱਸ ਦਾ ਵਾਅਦਾ ਕੀਤਾ ਸੀ, ਉਹ ਸਿਟੀ ਬੱਸ ਜਿਹੜੀ ਹੈ ਨਗਰ ਨਿਗਮ ਨੇ ਪਰਚੇਜ਼ ਕੀਤੀ ਹੈ, ਉਹ ਅੱਜ ਅੰਮ੍ਰਿਤਸਰ ਸ਼ਹਿਰ 'ਚ ਪਹੁੰਚ ਗਈ ਹੈ। ਉਸੇ ਇੱਕ ਬੱਸ ਦੇ ਅੱਗੇ ਮੈਂ ਖੜ੍ਹਾ ਔਰ ਅਸੀਂ ਇਹਦਾ ਰਾਊਂਡ ਲਗਾ ਕੇ ਵੀ ਦੇਖਿਆ, ਅੱਜ ਅਸੀਂ ਇਹਦਾ ਰੂਟ ਵੀ ਸਾਰਾ ਡਿਸਾਈਡ ਕਰ ਲਿਆ। ਇਹ ਰੂਟ ਜਿਹੜਾ ਵੈ ਇਹ ਰੇਲਵੇ ਸਟੇਸ਼ਨ ਤੋਂ ਲੈ ਕੇ ਹੁਸੈਨਪੁਰਾ ਪੁਲ ਚੜ੍ਹ ਕੇ 4S ਸਕੂਲ ਤੋਂ ਹੁੰਦੇ ਹੋਇਆਂ ਸਾਰਾ ਮਾਲ ਲੋਡ ਕਵਰ ਕਰਕੇ ਕਚਹਿਰੀ ਤੋਂ ਰੇਲਵੇ ਸਟੇਸ਼ਨ ਔਰ ਪੁਤਲੀ ਕਾਰ ਛਾਟਾ ਔਰ ਅਖੀਰ ਗੇਟ ਤੱਕ ਹੁੰਦੇ ਹੋਇਆਂ ਇਹ ਵਾਪਸੀ ਇਹੋ ਹੀ ਰੂਟ ਰਹੇਗਾ। ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਅੰਮ੍ਰਿਤਸਰ ਅਤੇ ਲੁਧਿਆਣਾ ਦੋ ਸਾਡੇ ਮਿਸ਼ਨ ਸਿਟੀ ਨੇ ਗਵਰਨਮੈਂਟ ਆਫ ਇੰਡੀਆ ਦੇ ਤਹਿਤ। ਇਹ ਨੂਰਮ ਦੇ ਤਹਿਤ ਫੰਡਿੰਗ ਜਿਹੜੀ ਬੱਸਿਸ ਦੀ ਹੈਗੀ ਹੈ 50-30-20 ਤਹਿਤ ਅਸੀਂ ਅੱਜ ਅੰਮ੍ਰਿਤਸਰ ਵਿੱਚ ਜੋ ਆਪਣਾ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਇਹ ਦਿੱਤਾ ਪੰਜਾਬ ਸਰਕਾਰ ਨੇ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।